हेलो, सत श्री अकाल, नमस्कार। सब तो पहला तो जी तुहानू सब नू मेरे वालों बहुत बहुत थैंक्स कि तुसी मेरे व्लॉग्स देख रहे हो तो उन्होंने पसंद भी कर रहे हो। तो जिन्होंने हाले तक सबसक्राइब नहीं किया है मेरा चैनल तो प्लीज़ सबसक्राइब करो, कॉमेंट भी करो तो लाइक भी करो। तो अज मैं आया जी मोहाली, मैं मिलन आया जी रोशन प्रिंस भाजी ते कल उन्हां दा जन्मदिन सीगा ते अज मैनू मोहाली कुछ काम भी सीगा ते भाजी नाल कल गल हुई सी ते सो मैं सोचा कि जाके उन्हां नू जन्मदिन दीआं विशेज़ भी दिंदे आ ते अपना काम भी करके आउंदे आ। सो मैं मोहाली पहुँच चुके हैं, थोड़ी देर तक मैं रोशन प्रिंस भाजी नू मिलन जाऊँगा ते उस तो पहलां आपां मार्केट जाके उन्हां लई कोई बुके वगैरह लैंदे आ। ते बाकी रोशन प्रिंस भाजी दा मैं थैंक्स भी करना परसनली मिलके, क्योंकि रीसेंटली मैं कैनेडा जाके आया, तुसीं सारे ब्लॉग्स देखे ने ते उहदे विच रोशन प्रिंस भाजी की बहुत हैल्प रही है। उन्होंने ही मेरा वीज़ा लगवाया सीगा, काफ़ी टाइम तो मैं ट्राई कर रहा सीगा। अपने दो तीन व्लॉग्स दे विच मैं एक गल दसी भी हैगी है ते लेकिन मिलके उन्होंने थैंक्स करन दा मौका नहीं मिलिया। कैनेडा मिलिया सी कुछ टाइम लई उन्होंने, लेकिन कह लो कि वह गल नहीं बनी हैगी, टाइम घट सीगा मेरे कोल। ते अज परसनली मिलके भाजी नूं जन्मदिन दीआं विशेज़ भी दिंदे आ ते उन्हां दा थैंक्स भी करदे आ ते गल्लां भी करदे आ। ਇਹ ਹੈ ਜੀ ਮੋਹਾਲੀ 7 ਫੇਸ ਦੀ ਮਾਰਕੀਟ ਤੇ ਇੱਥੇ ਇਹ ਸਾਰੇ ਫਲੋਰਿਸਟ ਜਿਹੜੀ ਸ਼ਾਪਸ ਹੈਗੀਆਂ ਨੇ ਬਹੁਤ ਜ਼ਿਆਦਾ ਨੇ ਤੇ ਮੈਨੂੰ ਇਹ ਚੀਜ਼ ਬਹੁਤ ਅੱਛੀ ਲੱਗਦੀ ਹੈ ਮੋਹਾਲੀ ਆ ਕੇ। ਕਾਫੀ ਘੱਟ ਸ਼ਹਿਰ ਨੇ ਇੱਦਾਂ, ਜਿਸ ਤਰ੍ਹਾਂ ਚੰਡੀਗੜ੍ਹ 'ਚ ਇੱਕ ਜਗ੍ਹਾ ਹੈਗੀ ਹੈ ਸੈਕਟਰ 35 ਦੇ ਵਿੱਚ ਤੇ ਉੱਥੇ ਵੀ ਇੱਕ ਮਾਰਕੀਟ ਹੈਗੀ ਕੁਆਇਟ ਆਫਿਸਿਸ ਦੇ ਨਾਮ ਤੋਂ, ਕੁਆਇਟ ਆਫਿਸਿਸ, ਤੇ ਉਹਦੇ ਨੀਚੇ ਸਾਰੇ ਫਲੋਰਿਸਟ ਬੈਂਦੇ ਨੇ ਤੇ ਇੱਥੇ ਵੀ ਇਸ ਜਿਹੜੀ 7 ਫੇਸ ਦੀ ਲਾਈਟਾਂ ਹੈਗੀਆਂ 7 ਫੇਸ ਦੀ ਮਾਰਕੀਟ ਤੋਂ ਪਹਿਲਾਂ ਇੱਥੇ ਜੇ ਤੁਸੀਂ ਕਦੇ ਵੀ ਬੁੱਕੇ ਲੈਣਾ ਤਾਂ ਤੁਹਾਨੂੰ ਐਨੀ ਟਾਈਮ ਲੇਟ ਨਾਈਟ ਤੱਕ ਇੱਥੇ ਮਾਰਨਿੰਗ ਤੋਂ ਲੈ ਕੇ ਬੁੱਕੇ ਅਵੇਲੇਬਲ ਹੁੰਦੇ ਨੇ ਔਰ ਕਾਫੀ ਵੈਰਾਈਟੀ ਹੁੰਦੀ ਹੈ ਕਿਉਂਕਿ ਲਾਈਨ ਦੇ ਵਿੱਚ ਇੱਥੇ ਸ਼ਾਪਸ ਹੈਗੀਆਂ ਨੇ। ਸੋ ਆਪਾਂ ਦੇਖਦੇ ਹਾਂ ਹੁਣ ਕਿਹਦੇ ਕੋਲ ਮਤਲਬ ਘੈਂਟ ਜਿਹਾ ਬੁੱਕੇ ਮਿਲਦਾ ਅਤੇ ਜਾ ਕੇ ਆਪਾਂ ਬੁੱਕੇ ਲੈਂਦੇ ਹਾਂ। ਸੋ ਆਪਾਂ ਕੀਤਾ ਜੀ ਇਹ ਵਾਲਾ ਬੁੱਕੇ ਸਿਲੈਕਟ, ਕਰ ਦਿਓ ਇਸ ਤੋਂ ਰੈਡੀ ਕਰ ਦਿਓ। ਸੋ ਆਪਾਂ ਬੁੱਕੇ ਲੈ ਲਿਆ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਰੋਸ਼ਨ ਪ੍ਰਿੰਸ ਭਾਜੀ ਨੂੰ ਮਿਲਣ। ਸ਼ਾਮ ਦੇ ਤਕਰੀਬਨ 7:15 ਵੱਜ ਚੁੱਕੇ ਨੇ ਤੇ ਇਸ ਵੇਲੇ ਥੋੜਾ ਪੀ ਕਾਰਜ ਹੁੰਦੇ ਨੇ ਕਿਉਂਕਿ ਸਭ ਨੂੰ ਛੁੱਟੀ ਹੁੰਦੀ ਹੈ ਜੌਬ ਤੋਂ ਤੇ ਲੋਕੀ ਘਰਾਂ ਵੱਲ ਨੂੰ ਜਾ ਰਹੇ ਹੁੰਦੇ ਨੇ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਇਸ ਵੇਲੇ, ਨਾ ਸਿਰਫ ਮੋਹਾਲੀ 'ਚ ਬਲਕਿ ਸਾਰੀ ਜਗ੍ਹਾ। ਲੇਕਿਨ ਇਹ ਜਿਹੜੀ ਮਤਲਬ ਮਾਰਕੀਟ ਹੈ ਇਹ ਕਾਫੀ ਬਿਜ਼ੀ ਮਾਰਕੀਟ ਹੈ ਤੇ ਕਾਫੀ ਬਿਜ਼ੀ ਰੋਡ ਹੈ ਜਿਹੜੀ 7 ਫੇਸ ਦੀ ਮਾਰਕੀਟ ਹੈ। ਇਹ ਹੈ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਸੋਹਾਣਾ ਅਤੇ ਮੋਹਾਲੀ ਮੈਂ ਜਦੋਂ ਵੀ ਆਉਂਦਾ ਤਾਂ ਮੱਥਾ ਜ਼ਰੂਰ ਟੇਕਣ ਜਾਂਦਾ ਜੀ ਇਸ ਗੁਰਦੁਆਰੇ ਅਤੇ ਬਹੁਤ ਮਾਨਤਾ ਹੈ ਇਸ ਗੁਰਦੁਆਰਾ ਸਾਹਿਬ ਦੀ ਅਤੇ ਮੇਰਾ ਤਾਂ ਐਕਸਪੀਰੀਅੰਸ ਸੀ ਜੀ ਮੈਂ ਇੱਥੋਂ ਜੋ ਵੀ ਮੰਗਿਆ ਹੈ ਅਤੇ ਉਹ ਬਾਬਾ ਜੀ ਨੇ ਹਮੇਸ਼ਾ ਪੂਰੀ ਕੀਤੀ ਹੈ ਮੇਰੀ ਗੱਲ ਅਤੇ ਵਾਹਿਗੁਰੂ ਕਰੇ ਸਭ ਦੀਆਂ ਮਤਲਬ ਮੁਰਾਦਾਂ ਪੂਰੀਆਂ ਹੋਣ, ਵਾਹਿਗੁਰੂ ਸਭ ਦੀ ਸੁਣੇ। ਸੋ ਮੈਂ ਪਹੁੰਚ ਚੁੱਕਿਆ ਜੀ ਰੋਸ਼ਨ ਭਾਅ ਜੀ ਨੂੰ ਮਿਲਣ, ਪਰ ਇਹ ਘਰ ਜਿੱਥੇ ਆਪਾਂ ਐਂਟਰ ਕਰ ਰਹੇ ਹਾਂ ਇਹ ਹੈਗਾ ਜੀ ਪ੍ਰਵੀਨ ਭਾਅ ਜੀ ਦਾ ਘਰ। ਪ੍ਰਵੀਨ ਭਾਅ ਜੀ, ਅੱਛਾ ਤੁਹਾਨੂੰ ਪਤਾ ਸੀ ਮੈਂ ਆ ਰਿਹਾ? ਇਹ ਨੇ ਸਾਡੇ ਪ੍ਰਵੀਨ ਭਾਅ ਜੀ, ਬਾਕੀ ਇੰਟਰੋਡਕਸ਼ਨ ਮੈਂ ਬਾਅਦ 'ਚ ਦਿੰਦਾ ਹਾਂ। ਅਤੇ ਰੋਸ਼ਨ ਭਾਅ ਜੀ ਨੂੰ ਆਪਾਂ ਇਹਨਾਂ ਦੇ ਘਰ ਹੀ ਮਿਲਣਾ ਅੱਜ, ਭਾਅ ਜੀ ਨੇ ਸੈਲੀਬ੍ਰੇਸ਼ਨ ਕਰਨੀ ਆ ਭਾਅ ਜੀ ਦਾ ਜਨਮ ਦਿਨ ਦੀ ਅਤੇ ਨਾਲੇ ਉਹਨਾਂ ਨੂੰ ਡਿਨਰ ਕੀਤਾ ਹੋਇਆ ਅਤੇ ਥੈਂਕ ਯੂ ਭਾਅ ਜੀ, ਤੁਸੀਂ ਹਾਂ ਮੋਈ ਕਹਿਣ ਲੱਗਿਆ ਸੀ ਵੀ ਸਾਨੂੰ ਵੀ ਤੁਸੀਂ ਇਨਵਾਈਟ ਕੀਤਾ। ਚਲੀਏ ਜੀ, ਮੇਰੀ ਫੈਮਿਲੀ ਭਾਅ ਜੀ ਆਓ ਪਲੀਜ਼। ਪ੍ਰਵੀਨ ਭਾਈ ਦਾ ਬਿਊਟੀਫੁਲ ਹਾਊਸ ਤੇ ਇਹ ਰਾਜੂ ਭਾਜੀ, ਰਾਜੂ ਵਰਮਾ ਜੀ ਤੇ ਨਾਲ ਗੱਗੀ, ਹਾਂ ਹੈਂਡਸਮ ਦਾ ਭਾਜੀ ਪੂਰੇ ਨੇ, ਇਹ ਜਿਹੜੇ ਬੰਬੇ ਵਾਲੇ ਕੱਪੜੇ ਨੇ ਇਹ ਬਹੁਤ ਸੋਹਣੇ ਲੱਗਦੇ ਨੇ। ਰੋਸ਼ਨ ਭਾਜੀ ਪੰਜ ਮਿੰਟ ਪਹੁੰਚਣ ਵਾਲੇ ਨੇ, ਅਸੀਂ ਬਸ ਦੀਵੇ ਬਾਲੇ ਹੋਏ, ਦੇਖੋ ਅਸੀਂ ਇੱਧਰ ਦੇਖੋ ਅੱਜ ਰੋਸ਼ਨ ਭਾਜੀ ਦਾ
बनाया जा रहा है। ना चलो आप वेट कर दिया जी, हम रोशन भाई चलो जी दोबारा 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 वेलकम भाजी। ये देखो दोनों दोनों पासे व्लॉग बन रहे हैं भाजी, व्लॉग तो व्लॉग चढ़ा पे। हैप्पी बर्थडे भाजी, बहुत-बहुत मुबारकबाद भाजी, जन्मदिन है। हैप्पी बर्थडे, थैंक यू जी। मैं क्या देखो व्लॉग तो व्लॉग चढ़ा है। ओ वाओ, हैप्पी बर्थडे, थैंक यू जी, थैंक यू सो मच। आज दो दो बर्थडे है। हां जी दो दो बर्थडे है। चार केक आए भाजी, रजिंदर का भी अच्छ बर्थडे है। अज नहीं सॉरी 11 तरीक को सगा, 12 नू रोशन भाई का सगा। सो दोनों का बर्थडे सैलीब्रेट कर रहे हैं। चलो जी सतारवां बर्थडे मनाया रहे हैं तीजी बारी। अच्छा तीजी बारी, हैप्पी बर्थडे रविंदर, थैंक यू जी, थैंक यू। हैप्पी बर्थडे टू यू, सारे जपो भाई दे भाई, हैप्पी बर्थडे टू यू, ओए होए हैप्पी बर्थडे चलो डायलॉग सही बोलो। सो रोशन भाई का जन्मदिन असीं सारिआं ने रल के बना लिया, तुसीं देखिआ ही आ। तो व्लॉग के शुरू मैं दस्या सीगा कि मैं रोशन भाई का थैंक्स करना चाहना मिलकर, किस गल लई करना वो इस करके कि पिछले तकरीबन 8-10 साल तो मैं कैनेडा जाना चाहुंदा सी अपने ब्रदर नूं मिलण, ते जिहड़ा उहदी हैल्थ ठीक नहीं सी। तो काफ़ी मैं कोशिश की, काफ़ी मतलब फिल्म दे लाइक प्रोडक्शन हाउसिस नूं मिलके लोगों को गल करके कि किस तरीके मेरा वीज़ा लग जाए, लेकिन नहीं लगे है ना, एक राइट टाइम हों। तो वह रीजन बने भाजी नवंबर सो रोशन भाई का जन्मदिन असं मना चुके हैं जी, तुम सारा ने देखा है। तो असं इस वे है प्रवीण भाजी के घर, तुम मिलाने प्रवीण भाई। प्रवीण भाजी, प्रवीण फिल्म के नाम तो इन्हों की कंपनी है प्रवीण प्रोडक्शन। किन्ने साल हो गए भाई तुम इस इंडस्ट्री? 32 साल तो भाजी फिल्म प्रोडक्शन का काम कर रहे हैं। तो मैं भाई को मिला सी पहली बार 2012 देसी मुंडे फिल्म की थी। असं आप इंग्लैंड गए थे पहली बार भाई नाल, मैं गया सीगा उदों तो भाई नाल प्यार बनया हुआ। तो बहुत जल्दी असं एक नवा प्रोजेक्ट भी कर रहे हैं, एक होर जन्नत फिल्म जी की भाई का बहुत कंट्रीब्यूशन है। तो भाई नाल बहुत प्यार अपना। तो ये राजू वर्मा भाजी का जी, रोशन भाई दे फादर है अंकल जी, मम्मा प्रवीण भाई दे मम्मा, इधर साडे दीदी
ਇਹ ਦੀਦੀ ਤੇ ਅੱਜ ਦੀ ਜਿਹੜੀ ਸਾਰੀ ਸਾਡੀ ਖਾਤਰਦਾਰੀ ਕੀਤੀ ਹੈ ਉਹ ਦੀਦੀ ਨੇ ਤੇ ਆਂਟੀ ਜੀ ਨੇ ਮੈਂ ਦੇਖ ਰਿਹਾ ਸੀਗਾ ਪੂਰੀ ਗਰਮੀ ਚ ਦੋਨੋਂ ਕਿਚਨ ਚ ਲੱਗੇ ਹੋਏ ਨੇ ਤੇ ਬਹੁਤ ਸੋਹਣਾ ਸਾਨੂੰ ਡਿਨਰ ਕਰਾਇਆ ਤੇ ਉਸ ਤੋਂ ਪਹਿਲਾਂ ਜਿਹੜੀ ਸੈਲੀਬ੍ਰੇਸ਼ਨ ਅਸੀਂ ਕੀਤੀ ਆ ਤੇ ਦੀਦੀ ਕੋਲ ਤਾਂ ਮੈਂ ਜਦੋਂ ਵੀ ਆਉਂਦਾ ਤੇ ਦੀਦੀ ਦੀ ਸਿਫਤ ਹੈ ਕਿ ਖਾਣਾ ਬਹੁਤ ਸੋਹਣਾ ਬਣਾਉਂਦੇ ਨੇ ਤੇ ਨਾਲ ਆਂਟੀ ਜੀ ਸਾਰੇ ਇੰਨੇ ਚੌਨਲ ਲੱਗ ਜਾਂਦੇ ਸਾਡੇ ਪ੍ਰਵੀਨ ਭਾਜੀ ਹੈਨਾ ਤੇ ਬਹੁਤ ਵਧੀਆ ਲੱਗਦਾ ਤੇ ਜਿੰਨਾ ਸੋਹਣਾ ਇਹਨਾਂ ਦਾ ਸੁਭਾਅ ਹੈ ਤੇ ਜਿੰਨੇ ਚੰਗੇ ਆਪ ਨੇ ਉਸ ਤੋਂ ਵੀ ਜ਼ਿਆਦਾ ਸੋਹਣਾ ਇਹਨਾਂ ਦਾ ਘਰ ਹੈ ਹੈਨਾ ਤੇ ਬਹੁਤ ਸੋਹਣਾ ਤੁਹਾਡਾ ਘਰ ਹੈ ਬਹੁਤ ਦਿਲ ਲੱਗਦਾ ਹੈ ਅੱਗੇ ਇਹ ਸਾਡਾ ਮਿੰਨੀ ਵਾਈਟ ਹਾਊਸ ਹੈ ਹਾਂਜੀ ਤੇ ਹੁਣ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਓਕੇ ਵੀਰੇ ਓਕੇ ਭਾਜੀ ਕੱਲ ਮਿਲਦੇ ਆਪਾਂ ਥੈਂਕ ਯੂ ਸੋ ਮਚ ਭਾਜੀ ਜੀ ਜੀ ਬਾਤ